ਐ ਸਰ ਕੌਣ ਨੇ? ਇਹ ਤਾਂ ਮੈਂ ਤੁਹਾਨੂੰ ਪੁੱਛਣਾ ਸੀ ਕੌਣ ਨੇ। ਚਲੋ ਪੁੱਛ ਲਓ। ਹਾਂਜੀ ਕੌਣ ਨੇ? ਮੇਰੀ ਪਹਿਲੀ ਦਫਾ ਹੀ ਮੁਲਾਕਾਤ ਹੋ ਰਹੀ ਹੈ। ਤੁਸੀਂ ਕਿੱਧਰ ਆਏ ਜੀ? ਕਵਾਲੀ ਆਰਟ ਜਿਹੜਾ ਨਾ ਇਹ ਮੈਂ ਸਿੱਖਣਾ ਚਾਹੁੰਦਾ ਵਾਂ ਤਾਂ ਕਿ ਇਹ ਮੇਰਾ ਨਾਂ ਹੋਵੇ ਦੁਨੀਆ ਤੇ। ਮੈਂ ਤੁਹਾਨੂੰ ਸਵਾਲ ਇਹ ਕਰਨਾ ਕਿ ਪਹਿਲੇ ਮੈਨੂੰ ਤੁਸੀਂ ਆਪਣੀ ਏਜ ਦੱਸੋ ਕਿੰਨੀ ਹੈ ਤੁਹਾਡੀ? ਮੈਂ ਇਸ ਵੇਲੇ 34। ਅੱਛਾ ਜੀ। ਹਾਂਜੀ ਮੈਂ 19 ਸਾਲ ਦਾ ਜੀ। ਬਹੁਤ ਅੱਛੇ ਸਰ। ਤੁਸੀਂ ਕੀ ਤੁਹਾਡੇ ਕੋਲ ਕੀ ਕੁਛ ਕੀ ਲੈ ਕੇ ਆਏ ਜੇ ਸ਼ਗਿਰਦ ਨੂੰ ਵਾਸਤੇ? ਕੋਈ ਪਗੜੀ, ਕੋਈ ਪੱਗ, ਕੋਈ ਜੁੱਤੀ? ਮੈਂ ਫੋਨ ਲੈ ਕੇ ਆਇਆ ਵਾਂ ਤੇ ਇੱਕ ਸਮਾਸ਼ੀ ਹੈ ਸਾਡੇ ਮੁਹੱਲੇ ਦੇ ਤੇ ਉਹ ਚੇਅਰਮੈਨ ਨੇ ਤੇ ਉਹਨਾਂ ਨੂੰ ਫੋਨ ਕਰਨਾ ਤੇ ਤੁਸੀਂ ਸ਼ਗਿਰਦ ਕਰ ਲੈਣੀ ਤੇ ਉਹ ਤਾਂ ਕੁਛ ਨਹੀਂ। ਨਹੀਂ ਉਦਾਂ ਚੱਲਦਾ ਹੀ ਨਹੀਂ। ਯਾਨੀ ਕਿ ਤੁਹਾਡੀ ਚਾਹਤ ਨਹੀਂ ਸ਼ਗਿਰਦੀ ਹੋਣ ਦੀ, ਸਿਫਾਰਿਸ਼ ਤੇ ਹੋਣਾ ਤੁਸੀਂ? ਦੇਖੋ ਜੀ ਚੱਲਦੀ ਸਿਫਾਰਿਸ਼ ਆ, ਜਿੰਨਾ ਮੇਰੇ 'ਚ ਟੈਲੈਂਟ ਹੈ ਮੈਂ ਤਾਂ ਸਿਫਾਰਿਸ਼ ਵੀ ਨਹੀਂ ਸੀ ਕਰਵਾਉਣੀ, ਡਾਇਰੈਕਟ ਹੋਣਾ ਸੀ। ਮਾਰੋ ਤੂੰ ਕਿੱਥੋਂ ਆਇਆ? ਘਰੋਂ ਆਇਆ ਮੈਂ, ਕਿੱਥੋਂ? ਦੇਖੋ ਯਾਰ ਲੈ ਸ਼ਗਿਰਦ ਹੋਣਾ ਜੀ। ਮੈਨੂੰ ਬਹੁਤ ਵੱਡਾ ਤੇਰੇ 'ਚ ਆਰਟਿਸਟ ਨਜ਼ਰ ਆ ਗਿਆ, ਲੇਕਿਨ ਇਹ ਫੈਸਲਾ ਮੈਂ ਹਾਲੇ ਥੋੜ੍ਹੀ ਦੇਰ ਬਾਅਦ ਕਰਾਂਗਾ ਕਿ ਗਾਇਕੀ 'ਚ ਜਾਂ ਕਿਸੇ ਹੋਰ ਸ਼ੋਬੇ 'ਚ। ਜਿਹੜਾ ਮੈਂ ਦੇਖ ਰਿਹਾ ਨਾ ਉਹਦੇ 'ਚ ਗਾਇਕੀ ਨਹੀਂ, ਉੱਧਰ ਮੈਂ ਕਿਤੇ ਹੋਰ ਦੇਖ ਰਿਹਾ ਕਿ ਤੇਰਾ ਇੱਕ ਨਾਮ ਹੋਏਗਾ ਦੁਨੀਆ 'ਤੇ। ਸ਼ਗਿਰਦ ਕਰੋ ਇਸ ਲੈਕ ਆ। ਉਹ ਤਾਂ ਮੇਰਾ ਦੋਸਤ ਆਤਿਫ ਭਾਈ ਉਹ ਤੇਰਾ ਕਹਿ ਰਿਹਾ ਸੀ। ਹਾਂਜੀ ਹਾਂਜੀ ਮੇਰਾ ਹੀ ਕਿਹਾ ਸੀ ਉਹਨੂੰ ਫੋਨ ਕਰੋ ਘਰ ਤੋਂ ਬਾਅਦ ਤੂੰ ਮੇਰੇ ਲਈ ਮਰ ਗਿਆ ਮੈਂ ਤੇਲੀ ਮਰ ਗਿਆ ਯਾਰ। ਉਹ ਤਾਂ ਮੇਰੇ ਬਹੁਤ ਅੱਛੇ ਦੋਸਤ ਸੀ ਆਉਣ ਸੀ ਆਉਣ ਤੋਂ ਪਹਿਲੇ। ਤੂੰ ਕਿਹਨੂੰ ਫਾਲੋ ਕਰਦਾ ਗਾਇਕੀ 'ਚ, ਮਤਲਬ ਤੂੰ ਕਿਹਨੂੰ ਸੁਣਦਾ? ਸਦੀਕ ਰਾਗੀ ਹੈ ਵਾ ਉਹਨਾਂ ਨੂੰ ਮੈਂ ਫਾਲੋ ਕਰਦਾ ਸੀ। ਸਦੀਕ ਰਾਗੀ, ਤੁਹਾਨੂੰ ਉਹਨਾਂ ਦੀ ਕੋਈ ਆਈਟਮ ਯਾਦ ਆ? ਉਹਨਾਂ ਦਾ ਕੋਈ ਸੌਂਗ ਜਾਂ ਜੋ ਵੀ ਉਹ ਗਾਉਂਦੇ ਸੀ ਯਾਦ? ਹਾਂਜੀ ਮੈਨੂੰ ਸਰ ਉਹ ਤੁਸੀਂ ਸਾਨੂੰ ਪਤਾ ਲੱਗੇਗਾ ਕਿ ਉਹ ਕਿੱਦਾਂ ਦਾ ਗਾਉਂਦੇ ਸੀ। ਬਹੁਤ ਅੱਛੀ ਗੱਲ ਸਰ, ਤੁਸੀਂ ਜ਼ਰਾ ਸੁਣਾਓ। ਚੱਟ ਕਲਮ ਦਬਾਤ ਮੰਗਾ ਲਈ, ਦੋ ਕਾਗਜ਼ ਦੇ ਵਰਕੇ ਖਤ ਲਿਖ ਦੀ, ਆਦਮ ਜਾਮ ਨੂੰ ਕਾਗਜ਼ ਪੱਟਾਂ ਤੇ ਧਰ ਕੇ, ਤੈਨੂੰ ਆਵੇ ਕਿਸੇ ਦੀ ਆਈ, ਸਭ ਖੜਪਾ ਲੜ ਜੇ ਨਿਕਲੇ ਖੂਹ ਵਿੱਚੋਂ ਮਰ ਕੇ, ਦੱਸ ਵੀ ਜੋੜੀ ਵਾਲਿਆ ਫੇ ਕੀ ਜਵਾਬ ਸਵਾਲ ਕਰਦੀ ਸੀ। ਹੱਥੀ ਰੋੜ ਕੇ ਨਦੀ ਦੇ ਵਿੱਚ ਬਾਵਲਾ, ਤੂੰ ਮੇਰਾ ਸਾਥ ਮੰਗਨੀ ਵੀ, ਮਾਰੇ ਪੱਟਾਂ ਤੇ ਦੋ ਹੱਥੜ ਜੋੜ ਜੋੜ ਕੇ, ਤੂੰ ਮੇਰਾ ਸਾਥ ਮੰਗਨੀ। ਤੁਹਾਡਾ ਤਲਕ ਖਾਨ ਸਾਹਿਬ ਘਰਾਣੇ ਦੇ ਨਾਲ, ਗਾਇਕੀ ਵਾਲੇ ਦੇ ਘਰਾਣੇ ਦੇ ਨਾਲ? ਬਾਈ ਮੇਰੇ ਜਿਹੜੇ ਨੇ ਉਹ ਖਰਾਦ ਦਾ ਕੰਮ ਕਰਦੇ ਆ। ਕਿਹਦਾ ਖਰਾਦ? ਨਹੀਂ ਖਰਾਦ ਅਜ਼ਕਾਤ ਖਰਾਦ ਤੇ ਭਾਈ ਮੇਰੇ ਨੇ ਉਹ ਵੀ ਮਾਸ਼ਾਅੱਲਾ ਸਾਡੇ ਖਾਨਦਾਨ ਨਾਲ ਰਿਲੇਟਡ ਆ। ਅੱਛਾ ਉਹ ਲੂਮਾ ਤੇ ਕੰਮ ਕਰਦੇ ਆ ਮਾਸ਼ਾਅੱਲਾ ਤੇ ਘਰਾਣਾ ਅਸੀਂ ਸਾਰਾ ਹੀ ਮੁਰਾਦ ਮਸੀਕੀ ਨਾਲ ਰਿਲੇਟਡ ਆ। ਸਰ ਤੁਸੀਂ ਸ਼ਗਿਰਦ ਕਰਨਾ ਇਹਨਾਂ ਨੂੰ? ਮੈਂ ਕਹਿੰਦਾ ਇਹਨੂੰ ਮੈਂ ਕੀ ਮਸੂਮੀਆ ਦਾ ਯਾਰ ਮੂੰਹ ਤੇ ਲੱਦੀ ਕਰਦੇ ਤਾਂ ਉਹਨਾਂ ਨੇ ਤੇਰੇ ਤੇ ਬਹੁਤ ਵੱਡੀ ਲਾਨਤ ਪਾਈ ਆ। ਸਟਾਰਟ ਜਿਹੜਾ ਵਾ ਨਾ ਉਹ ਜਿਸ ਤਰ੍ਹਾਂ ਵੀ ਚਾਹੁਣ ਇਹ ਤੋਂ ਲਾਨਤ ਤੋਂ ਕਰ ਦੇਣ ਕੋਈ। ਲਓ ਜੀ ਮੇਰੀ ਗੱਲ ਸੁਣੋ, ਮੇਰੇ ਕੋਲ ਇੱਕ ਆਪਸ਼ਨ ਆ ਕਿ ਮੈਂ ਤੂੰ ਮੇਰੀ ਸ਼ਗਿਰਦੀ ਕਰ ਲਾ, ਤੇਰਾ ਮੂੰਹ ਜਿਹੜਾ ਨਾ ਇਹ ਬਹੁਤ ਅੱਛਾ, ਤੂੰ ਮੇਰੀ ਫੀਲਡ ਦੇ ਵਿੱਚ ਜਿਹੜਾ ਮੇਰਾ ਕੰਮ ਆ ਉਹਦੇ 'ਚ ਕਿਉਂ ਜਾਨੀ ਪਈ ਗੱਲ ਹੀ ਇਹ। ਮੈਂ ਵੀ ਵੈਸੇ ਇਹੀ ਕਹਿਣਾ ਚਾਹ ਰਿਹਾ ਸੀ ਕਿ ਇਹ ਅਸੀਂ ਤੁਹਾਨੂੰ ਹੀ ਦਾਨ ਕਰ ਦਈਏ ਤੇ ਨਾ ਬਹੁਤ ਅੱਛਾ। ਚਲੋ ਮੈਂ ਲੈ ਜਾਂਦਾ, ਕੀ ਦਿਓਗੇ ਨਾਲ? ਮਤਲਬ ਉਹ ਤੁਹਾਨੂੰ ਆਂਡੇ ਦੇ ਦਿਆਂਗੇ, ਨਾਲ ਮਸਰ ਦੇ ਦਿਆਂਗੇ, ਕੋਈ ਇੱਦਾਂ ਦੀਆਂ ਡਬਲ ਰੋਟੀ ਦੇ ਦਿਆਂਗੇ। ਆਹੋ ਨਾ ਹੁਣ ਇਹਦੇ ਨਾਲ ਤੇ ਇਹੀ ਬਣਦਾ ਨਾ ਜੀ। ਉਸਤਾਦ ਜੀ ਸਾਰੇ ਢੋਡ ਤੇ ਨਹੀਂ ਮਾਰਦਾ? ਨਹੀਂ ਨਹੀਂ ਵੈਸੇ ਮੈਨੂੰ ਥੋੜਾ ਜਿਹਾ ਲੱਗ ਰਿਹਾ। ਵੱਢਦਾ ਤਾਂ ਨਹੀਂ? ਤੁਸੀਂ ਵੱਢੋਗੇ? ਮਿਲਣਗੇ ਤੇ ਵੱਢਾਂਗੇ, ਹਜੇ ਤੇ ਮੈਂ ਆਇਆ ਹੀ ਆ, ਘਰੋਂ ਹੀ ਆਇਆ ਵਾਂ, ਹਜੇ ਤੇ ਸਿੱਖਣਾ ਵਾਂ ਤੇ ਮੈਂ। ਤੈਨੂੰ ਕੀ ਲੱਗਦਾ ਕਿੰਨੀ ਕੁ ਦੇਰ 'ਚ ਤੂੰ ਸਿੱਖ ਲੇਗਾ? ਮੇਰਾ ਜਿਸ ਤਰ੍ਹਾਂ ਦਾ ਮਾਇੰਡ ਆ ਨਾ ਪੇਕਰ ਨਾਲ, ਮੈਨੂੰ ਆਪਣੇ ਤੇ ਮੇਰੇ ਵਾਲਦ ਸਾਹਿਬ ਵੀ ਕਹਿੰਦੇ ਸੀ ਕਿ ਜਾ ਫੈਜ਼ਾਬਾਦ ਉਹਨੇ ਚਨੇ ਲੈ ਕੇ ਆ, ਉਹ ਅੱਧੇ ਕੁ ਘੰਟੇ ਦਾ ਹੈ ਸਫ਼ਰ, ਲੇਕਿਨ ਮੈਂ 5 ਮਿੰਟ 'ਚ ਲੈ ਕੇ ਆ। ਉਹਨੇ ਕਿਹਾ ਵੀ ਇਹ ਮਸੀਕੀ ਪੇਕਰਨ ਵਾਲਾ ਮੁੰਡਾ। ਕੋਈ ਚਨਿਆਂ ਤੋਂ ਇਲਾਵਾ ਕੋਈ ਰਾਗਦਾਰੀ ਵੀ ਆਉਂਦੀ? ਕੋਈ ਤੁਹਾਨੂੰ ਕੋਈ ਤੁਸੀਂ ਕੋਈ ਐਸੀ ਆਈਟਮ ਜਿਹੜੀ ਤੁਸੀਂ ਮੁਤਾਸਰ ਕਰ ਸਕੋ ਖਾਨ ਸਾਹਿਬ ਨੂੰ? ਮੈਂ ਵੇਖਾਂ ਤੇ ਉਹ ਨਾ ਵੇਖੇ, ਨਾ ਵੇਖਾਂ ਤੇ ਉਹ ਵੇਖੇ, ਦਾਤਾ ਤੂੰ ਝੋਲੀ ਫੜ ਦੇ, ਦਾਤਾ ਤੂੰ ਝੋਲੀ ਫੜ। ਇਹ ਮੇਰੀ ਮਸ਼ਹੂਰ ਆਈਟਮ ਹੈ। ਚਲੋ ਗੱਲ ਇਹ ਆ ਕਿ ਉਹ ਉਹਨਾਂ ਨੂੰ ਇੱਕ ਭੁੱਖ ਨਹੀਂ ਗੀ ਵੀ ਤੂੰ ਕੋਈ 2000 ਦੀ ਚੀਜ਼, ਇਹ ਨਹੀਂ ਗੱਲ, ਲੇਕਿਨ ਉਹਨਾਂ ਚੀਜ਼ਾਂ 'ਚ ਇੱਕ ਅਦਬ, ਇੱਕ ਰਿਸਪੈਕਟ ਦਾ ਇੱਕ ਜਿਹੜਾ ਹੁੰਦਾ ਨਾ ਇੱਕ। ਤੂੰ ਕੋਈ ਮਠਿਆਈ ਤਾਂ ਅੱਧਾ ਕਿਲੋ ਦਾ ਡੱਬਾ ਲੈ, 100-200 ਦਾ ਵੀ ਕੋਈ ਮਸਲਾ ਨਹੀਂ, 1000-2000 ਦਾ ਵੀ ਕੋਈ ਮਸਲਾ ਨਹੀਂ।
ਮੇਰੇ ਕੋਲ ਹੈ ਨਹੀਂ ਤੇ ਪੈਸੇ ਲੈਣਾ ਹੈ ਤੇਰੀ ਵਜ਼ਾਹਤ ਤੇ ਫਿੱਟੇ ਮੂੰਹ ਬੇਟੇ ਵੀ ਇੰਟਰਨੈਸ਼ਨਲ ਲੈਵਲ ਦੇ ਕੁਆਲ ਨੇ ਤੇ ਇਹਨਾਂ ਦਾ ਕੋਈ ਨਾਮ ਆ ਮੈਂ ਚਾਹੁੰਦਾ ਵਾਂ ਕਿ ਇਹਨਾਂ ਦੇ ਨਾਮ ਦੇ ਨਾਲ ਮੇਰਾ ਨਾਮ ਵੀ ਰਿਲੇਟਡ ਹੋ ਜਾਵੇ ਮੀਨਸ ਰਿਜ਼ਵਾਨ ਮੁਅੱਜ਼ਮ ਆ ਨਾ ਇਹਨਾਂ ਦਾ ਨਾਮ ਮੈਂ ਚਾਹੁੰਦਾ ਮੈਂ ਰਿਜ਼ਵਾਨ ਗੋਗਾ ਮੁਅੱਜ਼ਮ ਤੋਂ ਮੈਂ ਕੀ ਤੁਹਾਡੇ ਦੋਵਾਂ 'ਚ ਜਗ੍ਹਾ ਬਣਾਈ ਤੁਸੀਂ ਇਹ ਸਮਝੋ ਕਿ ਇੱਥੇ ਬਹਿਣਾ ਚਾਹ ਰਹੇ ਹੋ ਗੱਲ ਰਿਜ਼ਵਾਨ ਗੋਗਾ ਮੁਅੱਜ਼ਮ ਅੱਛਾ ਪਹਿਲੇ ਤੂੰ ਕਿਹਦੀ ਕੋਸ਼ਿਸ਼ ਕੀਤੀ ਸ਼ਾਗਿਰਦੋਂ ਦੀ ਮੈਂ ਸੁਣਿਆ ਤੂੰ ਉਸਤਾਦ ਖਾਨ ਸਾਹਿਬ ਨੂਸਰ ਦੇ ਘਰੋਂ ਘਰ ਜਾ ਕੇ ਵਿੱਚ ਪੇੜਾਂ ਖਾ ਗਿਆ ਤੂੰ ਨਹੀਂ ਉਹ ਇੰਨੀਆਂ ਨਹੀਂ ਸੀ ਲਾਈਟ ਜੀਆਂ ਮਾਰੀਆਂ ਸੀ ਉਹਨਾਂ ਨੇ ਖਾਨ ਸਾਹਿਬ ਤੁਸੀਂ ਇੱਕ ਲਾਈਨ ਕਹੋ ਅਗਰ ਸੇਮ ਕਹਿ ਗਿਆ ਤੇ ਜਾ ਤੇਰੀ ਸ਼ਾਗਿਰਦੀ ਮੈਂ ਕਰਾਵਾਂਗਾ ਖਾਨ ਸਾਹਿਬ ਤੁਸੀਂ ਕਹੋ ਕੁਛ ਅੱਛਾ ਜੀ ਹਾਂ ਲੈ ਵੀ ਪਿੱਕ ਕਰ ਮੈਂ ਹਾਜ਼ਰ ਉਸਤਾਦ ਜੀ ਮੈਂ ਸੁਣਾਓ ਅੱਛਾ ਚੱਲ ਕੋਈ ਉਹਨਾਂ ਦਾ ਵੀ ਨਾ ਖਰਾਬ ਕਰ ਸਾ ਪਾਣੀ ਦਾ ਗਾ ਮਾ ਗਾ ਸਾ ਨੇ ਦਾ ਪਾ ਪਾਣੀ ਦਾ ਗਾ ਮਾ ਗਾ ਸਾ ਸਾਰੇ ਗਾ ਮੈਂ ਪਾਣੀ ਦਾ ਸਾ ਗਾ ਮੈਂ ਟੇ ਪੀਰ ਸੇ ਨਹੀਂ ਪਾ ਐ ਇੱਕ ਮੌਕਾ ਔਰ ਦੇ ਇੱਕ ਮੌਕਾ ਔਰ ਇੱਕ ਮੌਕਾ ਔਰ ਸਾਰੇ ਘਰੇ ਜਾਨੀ ਸਾਰੇ ਘਰੇ ਜਾਨੀ ਜਾ ਦਾਨੀ ਜਾ ਘਰੇ ਜਾਨੀ ਜਾ ਮਾ ਦਾ ਸਾ ਸਨੀ ਦਾ ਬਨੀ ਖਟੀ ਬਨਾਰ ਮੈਠੀ ਸਬੜਦਾ